जी आयां नूं प्यारे विद्यार्थियों, सतवीं जमात की गणित की किताब का पाठ 11वां परिमाप अते खेत्रफल, इसका अभ्यास नंबर 11.3 ते सवाल नंबर 8वां। इस सवाल नूं असीं बच्चों दो विधियां राहीं करांगे। सो तुसीं नोटबुक अते पेन लैके दोनों विधियां राहीं कीते गए हल अपनी नोटबुक विच उतार लो। वीडियो नूं बड़े ध्यान दे नाल देखो, सुनो ते समझो ते मगरों दी इस सवाल नूं बिना देखे दोनों विधियां राहीं करन दा अभ्यास तुसीं जरूर करो, ਤਾਂ ਕਿ ਸਿਧਾਂਤਕ ਸਪਸ਼ਟਤਾ ਤੁਹਾਨੂੰ ਵਧੇਰੇ ਪੱਧਰ ਦੀ ਹੋ ਜਾਵੇ। ਠੀਕ ਹੈ, ਆਓ ਸ਼ੁਰੂ ਕਰੀਏ। ਅੱਗੇ ਵਧਣ ਤੋਂ ਪਹਿਲੇ ਮੈਂ ਦੱਸਦਾ ਪਿਆਰੇ ਵਿਦਿਆਰਥੀਓ ਕਿ ਇਸੇ ਚੈਨਲ ਦੇ ਉੱਤੇ ਤੁਹਾਡੀ 7th ਇੰਗਲਿਸ਼ ਨਾਮ ਦੀ ਪਲੇਲਿਸਟ ਹੋ ਰਹੀ ਹੈ, ਜਿਹਦਾ ਲਾਹਾ ਵੀ ਤੁਸੀਂ ਲੈ ਸਕਦੇ ਹੋ। ਉਹਦੇ ਵਿੱਚ ਤੁਹਾਡੀ ਮਾਈ ਇੰਗਲਿਸ਼ ਕੰਪੇਨੀਅਨ ਸਾਰੀ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਹੈ। ਸੋ ਤੁਹਾਡੀ ਅੰਗਰੇਜ਼ੀ ਦੀ ਲੋੜ ਵੀ ਇਸੇ ਚੈਨਲ ਤੋਂ ਪੂਰੀ ਹੋ ਜਾਏਗੀ। ਸੋ ਬੱਚਿਓ, ਸਵਾਲ 8ਵਾਂ ਕਹਿੰਦਾ ਕੀ ਹੈ? ਕਹਿੰਦੇ 7 ਸੈਂਟੀਮੀਟਰ ਅਰਧ ਵਿਆਸ ਵਾਲੀ ਚੱਕਰਾਕਾਰ ਸ਼ੀਟ ਵਿੱਚੋਂ 2.1 ਸੈਂਟੀਮੀਟਰ ਅਰਧ ਵਿਆਸ ਵਾਲੀ ਚੱਕਰਾਕਾਰ ਸ਼ੀਟ ਵੱਖ ਕੀਤੀ ਗਈ ਹੈ। ਸਵਾਲ ਨੂੰ ਬੜੇ ਧਿਆਨ ਦੇ ਨਾਲ ਪੜ੍ਹਨਾ ਹੈ। ਇਹਦਾ ਮਤਲਬ ਕੀ ਹੈ ਬੱਚੋ? 7 ਸੈਂਟੀਮੀਟਰ ਦੀ ਅਰਧ ਵਿਆਸ ਵਾਲੀ ਸ਼ੀਟ ਹੈਗੀ ਹੈ, ਇਹਦਾ ਬਣਾ ਲਈ ਪਹਿਲੇ, ਤੇ ਉਹਦੇ ਵਿੱਚੋਂ ਇੱਕ 2.1 ਸੈਂਟੀਮੀਟਰ ਦੀ ਛੋਟੀ ਮਤਲਬ ਕਿ ਛੋਟੇ ਅਰਧ ਵਿਆਸ ਦੀ ਸ਼ੀਟ ਕੱਟੀ ਗਈ ਹੈ। ਸੋ ਇੱਥੇ ਲਿਖ ਵੀ ਦਿੱਤਾ ਹੈ, ਅਸੀਂ ਨੀਲੇ ਹਿੱਸੇ ਦਾ ਖੇਤਰਫਲ ਪਤਾ ਕਰਨਾ ਹੈ। ਠੀਕ ਹੈ, ਸੋ ਇੱਕ ਸ਼ੀਟ ਵੱਡੀ ਹੈਗੀ ਹੈ ਤੇ ਉਹ 'ਚੋਂ ਗੋਲਾਕਾਰ ਛੋਟੀ ਸ਼ੀਟ ਕੱਟਣੀ ਹੈ। ਦੋਨਾਂ ਦਾ ਅਰਧਵਿਆਸ, ਇਹਦਾ ਅਰਧਵਿਆਸ ਵੀ ਦਿੱਤਾ ਹੈ ਤੇ ਵੱਡੀ ਦਾ ਵੀ ਅਰਧਵਿਆਸ ਦਿੱਤਾ ਹੈ। ਸੋ ਬੱਚੋ, ਕਰਨਾ ਕੀ ਹੈ ਕਿ ਪਹਿਲੇ ਅਸੀਂ ਵੱਡੀ ਗੋਲਾਕਾਰ ਸ਼ੀਟ ਦਾ ਆਪਣਾ ਖੇਤਰਫਲ ਕੱਢਾਂਗੇ, ਫਿਰ ਇਹਦਾ ਕੱਢਾਂਗੇ, ਤੇ ਫਿਰ ਇਹ ਪੂਰੇ ਖੇਤਰਫਲ ਵਿੱਚੋਂ ਇਹ ਵਾਲਾ ਖੇਤਰਫਲ ਕੱਢ ਦਾਂਗੇ ਤੇ ਸਾਡੇ ਕੋਲ ਬਾਕੀ ਦਾ ਆ ਜਾਏਗਾ, ਬਾਕੀ ਸ਼ੀਟ ਦਾ ਖੇਤਰਫਲ ਆ ਜਾਏਗਾ। ਇਹਨੂੰ ਅਸੀਂ ਬੱਚੋ ਦੋ ਢੰਗ ਦੇ ਨਾਲ ਕਰਾਂਗੇ ਤੇ ਦੋਨੋਂ ਢੰਗ ਤੁਸੀਂ ਸਿੱਖੋ, ਤੁਹਾਡੇ ਅੱਗੇ ਜਾ ਕੇ ਅਗਲੀਆਂ ਵੱਡੀਆਂ ਕਲਾਸਾਂ 'ਚ ਇਹ ਬੜੇ ਕੰਮ ਆਉਣਗੇ। ਸੋ ਬੱਚਿਓ, ਪੂਰੀ ਚੱਕਰਾਕਾਰ ਸ਼ੀਟ ਦਾ ਅਰਧ ਵਿਆਸ ਇਹਨੂੰ ਲੈ ਲਿਆ ਵੱਡਾ ਆਰ। ਜਦੋਂ ਬੱਚਿਓ ਇਹਦਾ ਦੋ ਚੱਕਰ ਹੋਣ ਤੇ ਇੱਕ ਵੱਡਾ ਹੋਵੇ ਇੱਕ ਛੋਟਾ ਹੋਵੇ, ਤੇ ਅਸੀਂ ਫਿਰ ਕੀ ਕਰਦੇ ਹਾਂ? ਆਮ ਤੌਰ ਤੇ ਵੱਡੀ ਸ਼ੀਟ ਦਾ ਅਰਧ ਵਿਆਸ ਨੂੰ ਅਸੀਂ ਵੱਡਾ ਆਰ ਲੈ ਲੈਂਦੇ ਹਾਂ, ਤਾਂ ਕਿ ਦੋਨਾਂ ਨੂੰ ਨਿਖੇੜਿਆ ਜਾ ਸਕੇ, ਕਿਉਂਕਿ ਇਹ 7 ਹੈਗਾ ਤੇ ਉਹ 2.1 ਹੈਗਾ, ਹੈ ਨਾ, ਇੱਕੋ ਨਹੀਂ ਨਾ ਹੈਗੇ। ਸੋ ਅਸੀਂ ਆਰ ਵੱਡਾ ਤੇ ਛੋਟਾ ਆਰ ਇੱਥੇ ਲਿਆਇਆ, ਦੇਖੋ ਇਹ ਛੋਟਾ ਆਰ। ਠੀਕ ਹੈ, ਸੋ ਵੱਡਾ ਆਰ ਕਰਕੇ 7 ਸੈਂਟੀਮੀਟਰ ਕਰ ਲਿਆ। ਸੋ ਪੂਰੀ ਚੱਕਰਾਕਾਰ ਸ਼ੀਟ ਦਾ ਖੇਤਰਫਲ ਪਾਈ ਆਰ ਦੀ ਘਾਤ 2, ਇਹ ਸੂਤਰ ਸਾਨੂੰ ਪਤਾ ਹੈ। ਸੋ 22/7 ਗੁਣਾ 7 ਗੁਣਾ 7, ਇੱਕ 7 ਨਾਲ ਇੱਕ 7 ਕੱਟ ਗਿਆ, 7 ਦੂਣੀ 14, 7 ਚੌਰੇ 15, ਸੋ 154 ਸੈਂਟੀਮੀਟਰ ਵਰਗ ਆ ਗਿਆ ਵੱਡੀ ਸ਼ੀਟ ਦਾ ਖੇਤਰਫਲ। ਹੁਣ ਵੱਖ ਕੀਤੀ ਗਈ ਚੱਕਰਾਕਾਰ ਸ਼ੀਟ ਦਾ ਅਰਧ ਵਿਆਸ, ਇਹਦੇ ਕੋਲ ਛੋਟਾ ਆਰ ਲੈ ਲਿਆ ਹੁਣ 2.1 ਸੈਂਟੀਮੀਟਰ। ਸੋ ਵੱਖ ਕੀਤੀ ਗਈ ਸ਼ੀਟ ਦਾ ਖੇਤਰਫਲ ਪਾਈ ਆਰ ਦੀ ਘਾਤ 2 ਬਰਾਬਰ 22/7 ਗੁਣਾ 2.1 ਗੁਣਾ 2.1, 7 ਕਮ 7 7 ਆ 21। ਸੋ 22 ਗੁਣਾ 0.3 ਗੁਣਾ 3 2.1, ਜਿਲੇ ਤਿੰਨਾਂ ਨੂੰ ਗੁਣਾ ਕੀਤਾ ਤੇ ਆ ਗਿਆ 13.86 ਸੈਂਟੀਮੀਟਰ ਵਰਗ। ਹੁਣ ਬੱਚੋ ਬੜਾ ਸੌਖਾ ਕੰਮ ਹੈ, ਬਾਕੀ ਸ਼ੀਟ ਦਾ ਖੇਤਰਫਲ ਬਰਾਬਰ ਪੂਰੀ ਸ਼ੀਟ ਦਾ ਖੇਤਰਫਲ ਘਟਾ ਵੱਖ ਕੀਤੀ ਸ਼ੀਟ ਦਾ ਖੇਤਰਫਲ। ਸੋ 154 ਘਟਾ 13.86, ਸੋ ਜਵਾਬ ਆ ਗਿਆ 140.14 ਸੈਂਟੀਮੀਟਰ ਵਰਗ, ਜਿਹੜਾ ਹੈ ਉਹ ਬਾਕੀ ਸ਼ੀਟ ਦਾ ਖੇਤਰਫਲ ਹੈ। ਇਸ ਸਵਾਲ ਨੂੰ ਬੱਚੋ ਹੋਰ ਢੰਗ ਨਾਲ ਅਸੀਂ ਸਿੱਧੇ ਤੌਰ ਤੇ ਵੀ ਕਰ ਸਕਦੇ ਹਾਂ। ਇਹ ਆ ਗਈ ਦੂਜੀ ਵਿਧੀ। ਸੋ ਪੂਰੀ ਚੱਕਰਾਕਾਰ ਸ਼ੀਟ ਦਾ ਅਰਧ ਵਿਆਸ ਆਰ, ਵੱਡਾ ਆਰ ਲੈ ਲਿਆ ਬਰਾਬਰ 7 ਸੈਂਟੀਮੀਟਰ। ਸੋ ਪੂਰੀ ਚੱਕਰਾਕਾਰ ਸ਼ੀਟ ਦਾ ਖੇਤਰਫਲ ਪਾਈ ਆਰ ਦੀ ਘਾਤ 2। ਠੀਕ ਹੈ, ਹੁਣ ਵੱਖ ਕੀਤੀ ਗਈ ਚੱਕਰਾਕਾਰ ਸ਼ੀਟ ਦਾ ਅਰਧ ਵਿਆਸ ਛੋਟਾ ਆਰ ਬਰਾਬਰ 2.1 ਸੈਂਟੀਮੀਟਰ, ਵੱਖ ਕੀਤੀ ਗਈ ਸ਼ੀਟ ਦਾ ਖੇਤਰਫਲ ਪਾਈ ਆਰ ਦੀ ਘਾਤ 2। ਹੁਣ ਅਸੀਂ ਇੱਥੇ ਇਹ ਪਾਏ ਨਹੀਂ, ਹਿੰਸੇ ਨਹੀਂ ਪਾਏ। ਹੁਣ ਅਸੀਂ ਕੀ ਕਰਾਂਗੇ? ਬਾਕੀ ਸ਼ੀਟ ਦਾ ਖੇਤਰਫਲ ਬਰਾਬਰ ਪੂਰੀ ਸ਼ੀਟ ਦਾ ਖੇਤਰਫਲ ਘਟਾ ਵੱਖ ਕੀਤੀ ਸ਼ੀਟ ਦਾ ਖੇਤਰਫਲ। ਸੋ ਪੂਰੀ ਸ਼ੀਟ ਦਾ ਖੇਤਰਫਲ ਕਿੰਨਾ ਹੈ? ਪਾਈ ਵੱਡਾ ਆਰ ਦੀ ਘਾਤ 2 ਘਟਾ ਪਾਈ ਆਰ ਦੀ ਘਾਤ 2 ਛੋਟਾ ਆਰ। ਹੁਣ ਪਾਈ ਇੱਥੇ ਤੇ ਇੱਥੇ ਬੱਚੋ ਕਾਮਨ ਹੈਗਾ, ਸੋ ਇਹਨੂੰ ਪਾਈ ਨੂੰ ਬਾਹਰ ਲੈ ਲਿਆ ਤੇ ਬ੍ਰੈਕਟ ਵਿੱਚ ਕੀ ਆ ਗਿਆ? ਵੱਡੇ ਆਰ ਦੀ ਘਾਤ 2 ਘਟਾ ਛੋਟੇ ਆਰ ਦੀ ਘਾਤ 2। ਹੁਣ ਅਸੀਂ ਪਾਵਾਂਗੇ ਵੱਡਾ ਆਰ ਹੈਗਾ 7 ਤੇ ਛੋਟਾ ਆਰ ਹੈਗਾ 2.1। ਸੋ ਬਰਾਬਰ ਪਾਈ 7 ਦੀ ਘਾਤ 7 ਦਾ ਵਰਗ ਘਟਾ 2.1 ਦਾ ਵਰਗ ਬਰਾਬਰ ਪਾਈ 7×7=49 ਤੇ 2.1 ਨੂੰ 2.1 ਨਾਲ ਗੁਣਾ ਕਰੋ, 4.41 ਆਉਂਦਾ ਹੈ। ਸੋ 49 'ਚੋਂ 4.41 ਗਿਆ ਤੇ ਆ ਗਿਆ 44.59। ਹੁਣ ਅਸੀਂ ਇਹ ਵੈਲਿਊ ਭਰ ਦਾਂਗੇ, 22/7 ਗੁਣਾ 44.59, ਤੇ ਇਹ ਚੀਜ਼ 7 ਦੇ ਨਾਲ ਭਾਗ ਹੋ ਜਾਂਦੀ ਹੈ, 7×6=42। ਸੋ 2 ਥੱਲੇ ਆ ਗਿਆ 25, 7×7=21। ਸੋ 25 'ਚੋਂ 21 ਗਿਆ 4, 9×7=49, 6.37। ਸੋ 22 ਨੂੰ ਜਿਹੜੇ 6.37 ਨਾਲ ਗੁਣਾ ਕੀਤਾ, ਸਾਡੇ ਕੋਲ ਉਹੀ ਜਵਾਬ ਆ ਗਿਆ ਜੋ ਪਹਿਲੇ ਵਿਧੀ ਨਾਲ ਆਇਆ ਸੀਗਾ, 140.14 ਸੈਂਟੀਮੀਟਰ ਵਰਗ। ਸੋ ਬੱਚੇ ਦੋਨੋਂ ਤਰੀਕੇ ਤੁਸੀਂ ਚੰਗੀ ਤਰ੍ਹਾਂ ਸਿੱਖ ਲਵੋ, ਇਹ ਅਗਲੀਆਂ ਕਲਾਸਾਂ 'ਚ 9ਵੀਂ 10ਵੀਂ ਵਿੱਚ ਤੁਹਾਡੇ ਬਹੁਤ ਕੰਮ ਆਣਗੇ।
ਸੋ ਕਈ ਵਾਰ ਸਾਨੂੰ ਇਹਦਾ ਸਿੱਧੇ ਤਰੀਕੇ ਦੇ ਨਾਲ ਵੀ ਆਪਣਾ ਜਿਹੜਾ ਹੈ ਫਾਰਮੂਲਾ ਵਰਤਣ ਦੀ ਲੋੜ, ਸੂਤਰ ਵਰਤਣ ਦੀ ਲੋੜ ਪੈ ਜਾਂਦੀ ਹੈ। ਸੋ ਤੁਸੀਂ ਦੋਨੋਂ ਢੰਗਾਂ ਨੂੰ ਚੰਗੀ ਤਰ੍ਹਾਂ ਇਹਦਾ ਅਭਿਆਸ ਕਰ ਲੈਣਾ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਲ ਨੰਬਰ 8ਵਾਂ ਜਿਹੜਾ ਅਸੀਂ ਦੋ ਵਿਧੀਆਂ ਰਾਹੀਂ ਕੀਤਾ ਹੈ। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਨਾਲ ਆਪਣੀ ਪੜ੍ਹਾਈ ਕਰੀ ਚਲੋ ਅਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ।